ਐਡਾ ਰੌਲਾ ਤਾਂ ਹੈ ਨਹੀਂ ਮੈਂ ਥੋੜੀ ਪੇ ਕਰਨੀ ਤੇ ਕੰਪਨੀ ਤੇ ਪਾਪੇ ਕੋ ਕੱਲਾ ਦੁੱਧ ਹੀ ਅੱਜ ਪਹਿਲੀ ਵਾਰੀ ਇਦੋ ਮੈਂ ਬਿਸਕੁਟ ਨਹੀਂ ਜਾਂ ਤਾਂ ਮੈਂ ਉੱਥੇ ਜਾ ਕੇ ਲੈ ਕੇ ਆਊਂਗਾ ਹੁਣ ਉਹ ਵਾਲੀਆਂ ਚੀਜ਼ਾਂ ਜਾਂ ਤਾਂ ਫਿਰ ਨਵੀਆਂ ਮੰਗਾਵਾਂਗੇ ਮੈਂ ਤੁਹਾਨੂੰ ਦੱਸਿਆ ਨਾ ਮੈਂ ਕਿਹਾ ਲੋੜ ਨਹੀਂ ਪੈਣੀ ਇਹਨਾਂ ਦੀ ਥੋੜਾ ਥੋੜਾ ਤਾਂ ਚਲਾਉਣਾ ਸੀ ਜ਼ਿਆਦਾ ਚਲਾਉਣਾ ਵੀ ਵੇਚਦੇ ਹਾਂ ਕਿਉਂਕਿ ਮੈਂ ਪਹਿਲੀ ਵਾਰੀ ਪਾਰਕਿੰਗ ਪੇਡ ਪਾਰਕਿੰਗ ਲਈ ਆ ਅੱਜ ਤੱਕ ਪਾਰਕਿੰਗ ਤਾਂ ਫ੍ਰੀ ਹੋ ਗਈ ਕੋਈ ਪੈਸਾ ਨਹੀਂ ਲਿਆ ਉਹਨੇ ਇਧਰਲੀ ਸਾਈਡ ਦੇਖ ਲਓ ਕਿੰਨਾ ਧੱਕਾ ਆ ਟਰੱਕ ਤੋਂ ਬੱਸਿਸ ਕਾਰਜ਼ ਵੀ ਲਾਉਂਦੇ ਨੇ ਕਿੰਨੇ ਵੀ ਰੈਸਟ ਏਰੀਆ ਸਾਰਿਆਂ ਦੇ ਉਹ ਵਾਲਾ ਪਲਟਰਾ ਮਤਲਬ ਪੰਪ ਤੁਹਾਨੂੰ ਦਿਖਦਾ ਹੀ ਆ ਉਹ ਵਾਲੀ ਕੰਪਨੀ ਦਾ ਉਹ ਇਹ ਆਪਾਂ ਐਗਜ਼ਿਟ ਲਈ ਜਾਂਦੇ ਆ ਮੈਨੂੰ ਸਮਝ ਸਮਝ ਨਹੀਂ ਲੱਗਦਾ ਪਿਆ ਕੁਛ ਵੀ ਬਸ ਜੀਪੀਐਸ ਫੋਲੋ ਕਰੀ ਬਾਈ ਸੱਚੀ ਦੱਸਾਂ ਇੱਥੇ ਕੋਈ ਸਾਈਡ ਦੇ ਕੇ ਤਾਂ ਖੁਸ਼ ਹੀ ਨਹੀਂ ਹੈ ਮੈਨੂੰ ਤਾਂ 6 ਮਾਈਲਸ ਉਹ ਆਪਾਂ ਫੋਲੋ ਕਰਾਂਗੇ ਟਰੱਕ ਰੂਟ ਕਿਉਂਕਿ ਨਿਊਯਾਰਕ 'ਚ ਨਿਊ ਜਰਸੀ 'ਚ ਪੰਗਾ ਲੈਣਾ ਬਹੁਤ ਵੱਡੀ ਗਲਤੀ ਆ ਮੈਨੂੰ ਡਰ ਲੱਗਦਾ ਜੋ ਮੇਰੇ ਟਰੱਕ ਨਾਲ ਹੋਇਆ ਮੈਨੂੰ ਉਦਾਂ ਹੀ ਡਰ ਲੱਗਦਾ ਟਰੱਕ ਛੱਡ ਕੇ ਜਾਣ ਨੂੰ ਯਾਰ ਦਿੱਲੀ ਦਾ ਨਾ ਵੇਲਾ ਸੀ ਕੁਛ ਕਰਨ ਤਾਂ ਹੈ ਨੀ ਮੈਨੂੰ ਇੱਥੇ ਬੈਠਣ ਨੂੰ ਕਿੰਨੇ ਘੰਟੇ ਹੋ ਗਏ ਆ ਹਾਏ ਮੇਰੇ ਖਿਆਲ ਨਾਲ ਹੁਣ ਆਪਣੀ ਪਾਰਕਿੰਗ ਪੇਡ ਪਾਰਕਿੰਗ ਸ਼ੁਰੂ ਹੋ ਗਈ ਆ ਕਿਉਂਕਿ ਜੋ ਟਰੱਕ ਵਾਸ਼ ਕਰਾਇਆ ਸੀਗਾ ਉਹ ਤਾਂ 24 ਆਵਰ ਲਈ ਸਾਨੂੰ ਪਾਰਕਿੰਗ ਫ੍ਰੀ ਦਿੰਦੇ ਆ ਉਸ ਤੋਂ ਬਾਅਦ ਤੁਹਾਨੂੰ ਇਹਨੂੰ ਕੀ ਹੋ ਗਿਆ ਹੁਣ ਪਤਾ ਨਹੀਂ ਇੱਦਾਂ ਲਿਖ ਕੇ ਆ ਗਿਆ ਟਾਈਮਿੰਗ ਵਾਲ ਫੰਕਸ਼ਨ ਚੱਲ ਪਈ 26 ਘੰਟੇ ਹੋ ਗਏ ਆਪਣੇ ਅਤੇ 8 ਕੁ ਘੰਟੇ ਰਹਿ ਗਏ 8 ਘੰਟੇ ਆਪਣੇ ਕੋਲ ਆਵਰਸ ਆ ਜਾਣੇ ਵਾਪਸ 70 ਘੰਟੇ ਆ ਜਾਣੇ ਆ ਅਤੇ ਅੱਜ ਹੁਣ ਇੱਥੋਂ ਫਿਰ ਉੱਥੇ ਜਾ ਕੇ ਸੋ ਜੂੰਗਾ ਮੈਂ ਹੁਣ ਹੀ ਟਰੱਕ ਸਟਾਰਟ ਕਰਕੇ ਬੈਠਾ ਮੈਂ ਰਾਤ ਦਾ ਤਾਂ ਬੰਦ ਕਰਕੇ ਰਾਤੀ ਠੰਡਾ ਹੀ ਮੌਸਮ ਕੱਲ੍ਹ ਦਾ ਹੁਣ ਸਟਾਰਟ ਕੀਤਾ ਮੈਂ ਕਿਹਾ ਚੱਲ ਹੁਣ ਏ ਸੀ ਲਾ ਕੇ ਬੈਠੀਏ ਥੋੜ੍ਹੀ ਦੇਰ ਬਹੁਤ ਦੇਰ ਬੰਦ ਰੱਖ ਲਿਆ ਅਤੇ ਆਪਾਂ ਇੱਥੋਂ ਹੁਣ ਜਾਂਦੇ ਹਾਂ ਇੱਥੋਂ ਹੁਣ ਬ੍ਰੇਕਫਾਸਟ ਵਗੈਰਾ ਕਰਦੇ ਹਾਂ ਥੋੜ੍ਹੀ ਦੇਰ ਤੱਕ ਅਤੇ ਜਦੋਂ ਆਪਣੀ ਬੁੱਕ ਚੱਲ ਪਈ ਆਪਾਂ ਉੱਥੇ ਚੱਲ ਜਾਣਾ ਆ ਜਿੱਥੋਂ ਲੋਡ ਚੱਕਣਾ ਆ ਉੱਥੇ ਪਾਰਕਿੰਗ ਹੈਗੀ ਆ ਮੈਂ ਦੇਖ ਲਈ ਆ ਉੱਥੇ ਜਾਊਂਗਾ ਮੈਂ 10 ਘੰਟੇ ਪਹਿਲਾਂ ਚੱਲ ਜੂੰਗਾ ਫਿਰ ਉੱਥੇ ਜਾ ਕੇ ਸੌਂਗਾ ਸਵੇਰੇ ਜਦੋਂ ਲੋਡ ਚੱਕਾਂਗੇ ਆਪਣੀ ਬੁੱਕ ਚੱਲ ਪੂਗੀ ਅਤੇ ਲੋਡ ਚੱਕ ਕੇ ਫਿਰ ਇੱਕ ਸ਼ਿਫਟ ਆਪਾਂ ਪੂਰੀ ਲਾਵਾਂਗੇ ਘਰ ਨੂੰ ਜਾਂਦਿਆਂ ਨੂੰ ਬਸ ਹੁਣ ਇਹ ਆ ਰੀਫਰ ਆ ਕਿਉਂਕਿ ਰੀਫਰ 'ਤੇ ਲੋਡ ਆ ਨਾ ਜਿਹੜਾ ਤੁਹਾਨੂੰ ਪਤਾ ਕਿ ਇਹਨਾਂ ਦਾ ਰੌਲਾ ਬਹੁਤ ਹੁੰਦਾ ਆ ਅਤੇ ਉਹ ਹੁਣ ਉਹੀ ਆ ਮੈਨੂੰ ਕਿ ਲੋਡ ਆਪਾਂ ਨੂੰ ਸਵੇਰੇ ਜਲਦੀ ਮਿਲ ਜਾਵੇ ਜੇ ਨਹੀਂ ਮਿਲਿਆ ਫਿਰ ਸਾਹ ਸੀ ਆਪਾਂ ਚਲੋ ਕੋਈ ਚੱਕਰ ਨਹੀਂ ਆ ਅਤੇ ਆਪਣਾ ਇੱਧਰ ਰਹਿਣਾ ਇੱਕ ਟਰੱਕ ਖੜਾਇਆ ਉਹਦਾ ਉਹ ਜਨੇ ਇੰਜਨ ਜਿਹਾ ਜਿਹੜਾ ਲੱਗਾ ਆ ਜਨਰੇਟਰ ਲੱਗਾ ਆ ਏ ਸੀ ਦੇ ਲਈ ਉਹਦਾ ਕਿਤੇ ਰੌਲਾ ਪਾਉਂਦਾ ਆ ਉਹਨੇ ਬੁਰਾ ਹਾਲ ਕਰਤਾ ਮੈਂ ਇੱਧਰਲੀਆਂ ਵਿੰਡੋਆਂ ਬੰਦ ਕਰਕੇ ਇੱਧਰਲੀਆਂ 2 ਵਿੰਡੋਆਂ ਖੋਲ੍ਹ ਕੇ ਸੁੱਤਾ ਅਤੇ ਮੈਂ ਟਿਕਟੋਕ 'ਤੇ ਵੀਡੀਓ ਪਾਈ ਸੀ ਮੁੰਡਾ ਮੈਨੂੰ ਕਹਿੰਦਾ ਭਾਅ ਜੀ ਤੁਸੀਂ ਰੀਫਰ ਪਾਇਆ ਆ ਕਿਤੇ ਪਰੇ ਉਰੇ ਲਾ ਕੇ ਟਰੱਕ ਸੋਵੋ ਨਾ ਉਹ ਮੈਂ ਕਿਹਾ ਮੇਰੇ ਰੀਫਰ ਦੀ ਆਵਾਜ਼ ਨਹੀਂ ਆ ਉਹ ਦਾਲ ਦੇ ਟਰੱਕ ਦੀ ਆਵਾਜ਼ ਆ ਉਹਦਾ ਬਹੁਤ ਇੰਜਨ ਜਿਹਾ ਰੌਲਾ ਪਾਉਂਦਾ ਆ ਟੈਂਕਰ ਆ ਫਾਈਨਲੀ ਆਪਾਂ ਨੂੰ 32 ਘੰਟੇ ਹੋ ਚੁੱਕੇ ਆ ਰਹਿ ਗਏ 2-3 ਘੰਟੇ ਹੋਰ ਅਤੇ ਮੈਂ ਪਹਿਲਾਂ ਬੈਠਾ ਸੀ ਯਾਰ ਉਹ ਮਸਤਾਨੇ ਮੂਵੀ ਜਿਹੜੀ ਆ ਰਹੀ ਉਹਦਾ ਟ੍ਰੇਲਰ ਦੇਖ ਕੇ ਹਟਿਆ ਹੋਏ 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 ਘੈਂਟ ਮਜ਼ਾ ਆਉਣਾ ਪੱਕਾ ਥੀਏਟਰ 'ਚ ਦੇਖਣ ਜਾਣੀ ਆ ਮੂਵੀ ਟਾਈਮ ਕੱਢ ਕੇ ਟਾਈਮ ਕੀ ਮਤਲਬ ਉਸ ਦਿਨ 'ਚ ਇੱਕ ਦਿਨ ਤਾਂ ਲੱਗੀ ਹੋਣੀ ਆ ਉੱਦਣ ਜਾਵਾਂਗੇ ਦਿਨ ਬਾਹਰ ਮੌਸਮ ਦਿਖਾਉਂਦਾ ਤੁਹਾਨੂੰ ਕਿੱਦਾਂ ਦਾ ਹੋਇਆ ਟਰੱਕਸ ਹੀ ਟਰੱਕਸ ਖੜ੍ਹੇ ਨੇ ਇੱਥੇ ਜਿੱਦਾਂ ਕਿ ਆ ਬਾਈ ਦਾ ਜਨਰੇਟਰ ਜਿਹਾ ਬਹੁਤ ਰੌਲਾ ਪਾਉਂਦਾ ਜਿਹੜੀ ਮੈਂ ਦੂਜੀ ਆ ਉਹ ਮੇਰੇ ਖਿਆਲ ਨਾਲ 2 ਆਵਰ ਲਈ ਸੋ ਟੋਟਲ ਮੇਰੇ 26 ਘੰਟੇ ਫ੍ਰੀ ਹੋ ਜਾਣੇ ਆ ਜਿਹੜੇ ਉਹ ਤੋਂ ਉੱਪਰ 6-7 ਘੰਟੇ ਪੇਡ ਪਾਰਕਿੰਗ ਹੋਣੀ ਆ ਐਡਾ ਰੌਲਾ ਤਾਂ ਹੈ ਨਹੀਂ ਮੈਂ ਥੋੜੀ ਪੇ ਕਰਨੀ ਤੇ ਕੰਪਨੀ ਤੇ ਪਰ ਜਿੱਥੇ ਫਾਇਦਾ ਹੁੰਦਾ ਆਪਾਂ ਆਪਣਾ ਕਰ ਲੈਂਦੇ ਹਾਂ ਜਿੱਥੇ ਉਹਨਾਂ ਦਾ ਹੁੰਦਾ ਉਹਨਾਂ ਦਾ ਕਰਾ ਦਿੰਦੇ ਹਾਂ ਕੋਈ ਕਿਉਂਕਿ ਖੁੱਲ੍ਹੀ ਪਾਰਕਿੰਗ ਇੱਥੇ ਮਿਲੀ ਹੋਰ ਕਿਤੇ ਨਹੀਂ ਪਾਰਕਿੰਗ ਮਿਲਦੀ ਪਈ ਇੰਨਾ ਬੁਰਾ ਹਾਲ ਸੀਗਾ ਟਾਊਨ ਤੁਹਾਨੂੰ ਪਤਾ ਇੱਧਰ ਦਾ ਪਾਰਕਿੰਗ ਦਾ ਯਾਰ ਸਿਆਪਾ ਹੀ ਰਹਿੰਦਾ ਜੋ ਮਰਜ਼ੀ ਆ ਜਾਓ ਚਲੋ ਕੋਈ ਨਹੀਂ ਅੱਜ ਆਪਾਂ ਉੱਥੇ ਚੱਲ ਜਾਣਾ ਹੁਣ ਇੱਥੋਂ ਮੇਰੀ ਜਦੋਂ ਬੁੱਕ ਚੱਲ ਪਈ ਮੈਂ ਇਸ ਹਿਸਾਬ ਨਾਲ ਉੱਥੇ ਜਾਣਾ ਕਿ ਸਵੇਰੇ ਮੇਰੀ 10 ਘੰਟੇ ਬੁੱਕ ਚੱਲ ਪਵੇ ਬੁੱਕ ਚੱਲ ਕੇ ਨਾਲ ਹੀ ਆਪਾਂ ਲੋਡ ਚੱਕ ਕੇ ਅਤੇ ਇੱਥੋਂ ਨਿਕਲ ਜਾਣਾ ਆ ਜਾ ਕੇ 700 ਮਾਈਲ ਅੱਗੇ ਸੌਵਾਂਗੇ ਜਿੱਥੇ ਵੀ 750 ਅਤੇ ਉੱਥੋਂ ਵੀ ਕੱਲ੍ਹ ਨੂੰ ਘਰ ਨੂੰ ਨਿਕਲਣਾ ਉੱਥੇ 3-4 ਹਿੱਟਾਂ ਹੋ ਰਹੀਆਂ ਲਾ ਲੂ ਘਰ ਚਲਾਂਗੇ ਵੀ ਆਪਣੇ ਕੋਲ 70 ਘੰਟੇ ਆ ਗਏ ਉਈ ਕੱਪ ਗਰਮ ਸੀਗਾ ਮੈਂ ਧੋਣ ਲੱਗਾ ਸੀਗਾ ਚਲੋ ਫਿਰ ਬ੍ਰੇਕਫਾਸਟ ਕਰੀਏ ਬ੍ਰੇਕਫਾਸਟ ਕਰਨਾ ਮੇਰੇ ਕੋਲ ਇਕੱਲਾ ਦੁੱਧ ਹੀ ਅੱਜ ਪਹਿਲੀ ਵਾਰੀ ਇੱਦੋ ਆ ਮੈਂ ਬਿਸਕੁਟ ਨਹੀਂ ਲੈ ਕੇ ਆਇਆ ਕੁਛ ਵੀ ਨਹੀਂ ਲੈ ਕੇ ਆਇਆ ਯਾਰ ਆ ਵੀ ਸਿਆਪਾ ਛੇੜ ਕੇ ਬੈਠਾ ਆ ਅਤੇ ਇੱਥੇ ਨਾ ਕਰੋਮ ਸ਼ਾਪ ਸੀਗੀ ਮੈਂ ਅੰਦਰ ਜਾ ਕੇ ਆਇਆ ਮੈਂ ਕਿਉਂਕਿ ਸੋਚਿਆ ਨਾ ਮੈਂ ਟਰੱਕ ਨੂੰ ਕੀ ਕਰਨਾ ਆ
ਤੇ ਯਾਰ ਉੱਥੇ ਸਮਾਨ ਪਿਆ ਸੀ ਕਿਤੇ ਇੰਨਾ ਘੈਂਟ ਘੈਂਟ ਮੈਂ ਬਸ ਹੱਥ ਮੇਰਾ ਥੋੜ੍ਹਾ ਜਿਹਾ ਤੰਗ ਆ ਮੈਂ ਤਾਂ ਕੁਛ ਵੀ ਨਹੀਂ ਲਿਆ ਮੈਂ ਦੇਖ ਕੇ ਆ ਗਿਆ ਮੈਂ ਚੱਲ ਕੋਈ ਨਹੀਂ ਬਾਬਾ ਮੇਰ ਘਰੇ ਰੋਕ ਕੇ ਲਵਾਂਗੇ ਮੇਰੀ ਸੱਚੀ ਦੱਸਾਂ ਜਿਹੜੀ ਟਰੱਕ ਦੀ ਇੱਧਰਲੀ ਸਾਈਡ ਆ ਇਹਦੀ ਸੱਚੀ ਇਹਦੀ ਕਿਸੇ ਨੂੰ ਨਾ ਨਜ਼ਰ ਹੀ ਲੱਗੀ ਆ ਇੱਧਰਲੀ ਸਾਈਡ ਹੁਣ ਤੁਹਾਨੂੰ ਦੱਸਾਂ ਕੀ ਹੋਇਆ ਆ ਮੇਰਾ ਇੱਧਰ ਦਾ ਖਰਚਾ ਘੱਟੋ ਘੱਟ ਨਹੀਂ $500 ਆ ਡੋਰ ਦਾ ਖਰਚਾ ਆ ਠੀਕ ਆ $500 ਆ ਡੋਰ ਦਾ ਖਰਚਾ $200 ਦੀ ਇਹਦਾ ਫਰੇਮ ਆ ਜਿਹੜਾ ਉਹ ਉੱਦਾਂ ਦਾ ਆ $200 ਦਾ ਉਹ ਆ ਹੁਣ ਮੈਨੂੰ ਉਹ ਪਤਾ ਨਹੀਂ ਕਿੰਨੇ ਦੇ ਪੈਣੇ ਆ ਡੈਫ ਵਾਲਾ ਢੱਕਣ ਤੇ ਉਹ ਮੈਂ ਇੱਦਾਂ ਛੱਡਣਾ ਨਹੀਂ ਆ ਤਾਂ ਜੇ ਫੇਰ ਚੱਲ ਜਾਂਦਾ ਹੈ ਨਾ ਆਹ ਵਾਲਾ ਆਪਾਂ ਡੋਰ ਥੋੜ੍ਹਾ ਜਿਹਾ ਖਿੱਚ ਕੇ ਲਾ ਲਈ ਤਾਂ ਡੋਰ ਵੀ ਲੱਗ ਜਾਂਦਾ ਆ ਉਹ ਨਹੀਂ ਇੱਦਾਂ ਛੱਡ ਹੋਣਾ ਉਹ ਤਾਂ ਮੈਂ ਜਾ ਕੇ ਨਾਲ ਹੀ ਮੈਂ ਇੱਕ ਜਾਂ ਤਾਂ ਸੋਚਣਾ ਆ ਉੱਥੇ ਜਾਊਂਗਾ ਇੱਕਣਾ ਉਹ ਆ ਉੱਥੋਂ ਰੀਯੂਜ ਸਮਾਨ ਮਿਲ ਜਾਂਦਾ ਟਰੱਕ ਦਾ ਜਿਹੜੇ ਐਕਸੀਡੈਂਟ ਟਰੱਕ ਹੁੰਦੇ ਆ ਉਹਨਾਂ ਦਾ ਸਮਾਨ ਲਿੱਥੀ ਹੁੰਦਾ ਆ ਜਾਂ ਤਾਂ ਮੈਂ ਉੱਥੋਂ ਜਾ ਕੇ ਲੈ ਕੇ ਆਊਂਗਾ ਹੁਣ ਉਹ ਵਾਲੀਆਂ ਚੀਜ਼ਾਂ ਜਾਂ ਤਾਂ ਫਿਰ ਨਵੀਆਂ ਮੰਗਾਵਾਂਗੇ ਪਰ ਉਹ ਮੈਨੂੰ ਮੈਂ ਨਾ ਸੋਚਦਾ ਸੀ ਆ ਖੋਲ੍ਹਣਾ ਕਿੱਦਾਂ ਹੁਣ ਮੈਨੂੰ ਪਤਾ ਲੱਗ ਗਿਆ ਉਹ ਗ੍ਰਿਲ ਖੁੱਲ੍ਹਣੀ ਕਿੱਦਾਂ ਕਿਉਂਕਿ ਮੈਂ ਉਹਦੇ ਵਿੱਚ ਵੀ ਲਾਈਟ ਲਗਾਉਣੀ ਆ ਜੋ ਲਗਾਵਾਂਗੇ ਬਾਬਾ ਮੇਹਰ ਰੱਖੇ ਥੋੜ੍ਹਾ ਸੈੱਟ ਕਰਕੇ ਹੱਥ ਫਿਰ ਟਰੱਕ ਤਿਆਰ ਕਰਾਂਗੇ ਜਦੋਂ ਟਰੱਕ ਤਿਆਰ ਹੋ ਗਿਆ ਨਾ ਬਾਹਰੋਂ ਕਹੂੰਗੇ ਸੱਚੀ ਗੱਲਬਾਤ ਹੈਗੀ ਆ ਚਲੋ ਮੇਰਾ ਪਾਣੀ ਠੰਡਾ ਨਾ ਹੋ ਜਾਵੇ ਮੈਂ ਜਲਦੀ ਜਲਦੀ ਕੱਪ ਧੋਵਾਂ ਅਤੇ ਦੁੱਧ ਪੀਏ ਰੋਟੀ ਖਾਣ ਦੀ ਸੋਚਦਾ ਪਿਆ ਮੈਂ ਕਿਹਾ ਇੱਕ ਰੋਟੀ ਖਾ ਲੈਂਦਾ ਹਾਂ ਕਿਉਂਕਿ ਮੈਂ ਕੱਲ੍ਹ ਦੀ ਖਾਧੀ ਆ 16-17 ਘੰਟੇ ਹੋ ਗਏ ਰੋਟੀ ਖਾਧੀ ਨੂੰ ਸੋ ਪੌਪਕੋਰਨ ਖਾਂਦੇ ਨਹੀਂ ਤਾਂ ਨਾਲ ਸਵੇਰੇ ਸਵੇਰੇ ਬ੍ਰੇਕਫਾਸਟ ਦੁੱਧ ਦੇ ਨਾਲ ਪੌਪਕੋਰਨ ਆਪਣੇ ਕੋਲ ਹੈਗੇ ਆ ਆਹ ਦੇਖੋ ਯੇ ਰੇ ਮਾਰੇ ਪੌਪਕੋਰਨ ਪੌਪਕੋਰਨ ਗਰਮ ਕਰੇਂਗੇ ਔਰ ਖਾਏਂਗੇ ਯਾਰ ਮੇਰੇ ਕੋਲ ਇੰਨਾ ਕੁਛ ਹੁੰਦਾ ਜੀ ਅੱਜ ਹੈ ਹੀ ਨਹੀਂ ਕੁਛ ਵੀ ਖਾਣ ਨੂੰ ਦੇਖ ਲਓ ਹਾਲ ਜਦੋਂ ਇੱਦਾਂ ਦੂਰ ਆਏ ਜਦੋਂ ਲੋਕਲ ਰਹਿਣਾ ਹੁੰਦਾ ਉਦੋਂ ਸਮਾਨ ਹੁੰਦਾ ਨਹੀਂ ਕੋਲ ਅੱਜ ਦੂਰ ਆਏ ਹਾਂ ਤਾਂ ਕੁਛ ਹੈ ਨਹੀਂ ਅੱਗੇ ਸਾਰਾ ਕੁਛ ਹੁੰਦਾ ਕੋਲ ਸੱਚ ਤਾਂ ਦੇਖੋ ਚੀਜ਼ ਦਿਖਾਈਏ ਜਦ ਤੱਕ ਦੁੱਧ ਰੱਖ ਦੇਵਾਂ ਇੱਕ ਮਿੰਟ ਰੁਕਿਓ ਦੁੱਧ ਆਪਣਾ ਰੱਖ ਹੋ ਗਿਆ ਮੌਨਸਟਰਾਂ ਨਹੀਂ ਪੀਤੀਆਂ ਉੱਦਾਂ ਹੀ ਪਈਆਂ ਆ ਮੈਂ ਤੁਹਾਨੂੰ ਦੱਸਿਆ ਨਾ ਮੈਂ ਕਿਹਾ ਲੋੜ ਨਹੀਂ ਪੈਣੀ ਇਹਨਾਂ ਦੀ ਥੋੜ੍ਹਾ ਥੋੜ੍ਹਾ ਤਾਂ ਚਲਾਉਣਾ ਸੀ ਕਿਉਂਕਿ ਜ਼ਿਆਦਾ ਚਲਾਉਣਾ ਹੋਵੇ ਮੇਰੀ ਪੀ ਸੀ ਚਲੋ ਹਾਂਜੀ ਮਿੱਤਰੋ ਕਿੱਦਾਂ ਜੀ ਆ ਗਏ ਅਸੀਂ ਆਹ ਦੇਖੋ 70 ਘੰਟੇ ਆਪਣੇ ਕੋਲ ਆ ਗਏ ਵਾਪਸ ਬੁੱਕ ਪਾਤੀ ਨਾਲ ਹੀ ਔਨ ਡਿਊਟੀ 'ਚ ਆਪਾਂ ਚੱਲੀਏ ਜਿੱਥੇ ਲੋੜ ਚੱਕਣਾ ਉੱਥੇ ਜਾ ਕੇ ਸੋਨੇ ਉੱਦਾਂ ਉਹ ਖੁੱਲ੍ਹ ਜਾਣੇ ਸਵੇਰੇ 5:30 ਹੁਣ ਇਹ ਨਹੀਂ ਪਤਾ ਉਹ 5:30 ਮੈਨੂੰ ਅੰਦਰ ਵਾੜ ਲੂਗੇ ਕਿ 7 ਵਾੜੂਗੇ ਇਹਨਾਂ ਦੀ ਉਹਨਾਂ ਦਾ ਮੈਨੂੰ ਉਹ ਨਹੀਂ ਪਤਾ ਹੈ ਨਾ ਹੁਣ ਜਾ ਕੇ ਉੱਥੇ ਚੈੱਕ ਕਰਦੇ ਹਾਂ ਅਤੇ ਇੱਥੇ ਹੁਣ ਐਗਜ਼ਿਟ ਮਾਰਨਾ ਆ ਉਹਨਾਂ ਤੋਂ ਆਹ ਸਾਰੀਆਂ ਪਰਚੀਆਂ ਉਹਨਾਂ ਦਿਖਾਉਣੀਆਂ ਉਹਨਾਂ ਇੱਕ ਆਹ ਦਿਖਾ ਆਹ ਤਾਂ ਐਗਜ਼ਿਟ ਆ ਆਹ ਜਿਹੜੀ ਆ ਆਪਣੀ ਪਾਰਕਿੰਗ ਦੀ ਜਿਹੜੀ ਸੋਰੀ ਟਰੱਕ ਵਾਸ਼ ਦੀ ਜਿਹਦੇ ਨਾਲ 24 ਘੰਟੇ ਟਿਕਟ ਫਰੀ ਪਾਰਕਿੰਗ ਫਰੀ ਮਿਲੀ ਸੀਗੀ ਅਤੇ ਇੱਕ ਆਹ ਆ ਉਹਨੇ ਮੈਨੂੰ ਕਿਹਾ ਸੀ ਆਹ ਵੀ ਤੂੰ ਦਿਖਾਉਣੀ ਆ ਜਦੋਂ ਐਗਜ਼ਿਟ ਕਰਨੀ ਪਤਾ ਨਹੀਂ ਇਹਦਾ ਵੀ ਕੁਛ ਮਿਲੂਗਾ ਕਿਉਂਕਿ ਮੈਂ ਸ਼ਾਵਰ ਵੀ ਇੱਥੇ ਪੇਟ ਲਿਆ ਸੀਗਾ ਨਾ ਸੋ ਜਿੱਦਾਂ ਵੀ ਮੈਂ ਤੁਹਾਨੂੰ ਦੱਸਦੇ ਹਾਂ ਕਿਉਂਕਿ ਮੈਂ ਪਹਿਲੀ ਵਾਰੀ ਪਾਰਕਿੰਗ ਪੇਡ ਪਾਰਕਿੰਗ ਲਈ ਆ ਅੱਜ ਤੱਕ ਮੈਂ ਅੱਜ ਤੱਕ ਕਦੀ ਲੋੜ ਹੀ ਨਹੀਂ ਪਈ ਇੱਧਰ ਨੂੰ ਆ ਕੇ ਥੋੜ੍ਹਾ ਡਿਫਰੈਂਟ ਆ ਯਾਰ ਬਾਕੀ ਥਾਵਾਂ ਨਾਲੋਂ ਸੋ ਕਿਉਂਕਿ ਮੈਂ ਇੱਧਰ ਨੂੰ ਇੰਨਾ ਚੱਲਿਆ ਨਹੀਂ ਅੱਜ ਤੱਕ ਮੇਰਾ ਦੂਜਾ ਗੇੜਾ ਆ ਜਿੱਦੋਂ ਦਾ ਮੈਂ ਕੰਮ ਕਰਦਾ ਹਾਂ ਸੋ ਦੇਖਦੇ ਹਾਂ ਕੀ ਕਰਦੇ ਕੀ ਨਹੀਂ ਕਰਦੇ ਆਪਾਂ ਇੱਥੋਂ ਜਾਣਾ ਆ 69 ਮੀਲਾ ਆ ਆਹ ਸਾਰਾ ਆਹ ਮੈਂ ਪਹਿਲਾਂ ਹੀ ਸਿਲੈਕਟ ਕਰ ਲਿਆ ਤੁਹਾਨੂੰ ਦਿਖਾਉਂਦਾ ਇੱਥੇ ਕਿੱਦਾਂ ਆ ਆਹ ਟਰੱਕ ਰੂਟ ਆ ਆਹ ਗੱਡੀ ਰੂਟ ਆ ਆਹ ਵੀ ਗੱਡੀ ਰੂਟ ਆ ਆਹ ਟਰੱਕ ਰੂਟ ਆ ਮਤਲਬ 4 ਲੇਨਾਂ ਵਾਲੇ ਰੋਡ ਆ ਇੱਥੇ ਮਤਲਬ ਲੇਨਾਂ ਜ਼ਿਆਦਾ ਆ ਕਹਿਣ ਦਾ ਮਤਲਬ ਦੋ ਦੋ ਲੇਨਾਂ ਅਲੱਗ ਟਰੱਕ ਦੀਆਂ ਅਲੱਗ ਆ ਗੱਡੀਆਂ ਦੀਆਂ ਅਲੱਗ ਆਪਾਂ ਟਰੱਕ ਵਾਲੇ ਰੂਟ 'ਚ ਨਹੀਂ ਜਾ ਸਕਦੇ ਸੋ ਇੱਥੋਂ ਸਿੱਧਾ ਹੀ ਜਾਣਾ ਆ ਆਪਾਂ ਇੱਥੇ ਜਾ ਕੇ ਆਪਾਂ ਨੂੰ ਦੇਖਣਾ ਪੈਣਾ ਥੋੜ੍ਹਾ ਜਿਹਾ ਅਤੇ ਇੱਥੋਂ ਆਪਾਂ ਨਿਕਲ ਕੇ ਸਿੱਧਾ ਇੱਥੇ ਆ ਆਹ ਦੇਖੋ ਇੱਥੇ ਜਾ ਕੇ ਆਪਾਂ ਚੱਕਣਾ ਲੋਡ ਇੱਥੇ ਜਗ੍ਹਾ ਹੈਗੀ ਆ ਦੇਖੋ ਮੈਂ ਦੇਖ ਲਈ ਸੀਗੀ ਇੱਥੇ ਆਪਾਂ ਟਰੱਕ ਲਾ ਲੈਣਾ ਕਿਤੇ ਲਈ ਆ ਕੇ ਅਤੇ ਸਵੇਰ ਨੂੰ ਫਿਰ ਦੇਖ ਲਾਂਗੇ ਮੈਂ ਇਸ ਕਰਕੇ ਚੱਲਾਂ ਮੇਰਾ ਇੱਕ ਘੰਟਾ ਸੇਵ ਹੋ ਜਾਣਾ ਇਹਦੇ ਨਾਲ ਮਤਲਬ ਕੱਲ੍ਹ ਦੇ ਲਈ ਕੱਲ੍ਹ ਨੂੰ ਮੈਂ ਉੱਥੋਂ ਮਤਲਬ ਇੱਕ ਘੰਟਾ ਅੱਗੇ ਚੱਲ ਜੂੰਗਾ ਘਰ ਨੂੰ ਵੱਲ ਨੂੰ ਤਾਂ ਕਰਕੇ ਚਲੋ ਫਿਰ ਤੁਰੀ ਮੌਸਮ ਤਾਂ ਘੈਂਟ ਹੋਇਆ ਹੈ ਨਾ ਚਲੋ ਫਿਰ ਉੱਥੇ ਚੱਲਦੇ ਹਾਂ ਪਾਰਕਿੰਗ ਵਾਲੇ ਦੇ ਕੋਲ ਦੇਖਦੇ ਹਾਂ ਕੀ ਕਹਿੰਦਾ ਆ ਮੈਂ ਤਾਂ ਸੋਚਿਆ ਹੀ ਸੀ ਇੱਕ ਵਾਰੀ ਨਹਾਰਾਂ ਫਿਰ ਮੈਂ ਸੋਚਿਆ ਛੱਡ ਆ ਵੀ ਪੈਸੇ ਕਾਹਤੋਂ ਖਰਚੀਏ ਨੇ ਕੱਲ੍ਹ ਨੂੰ ਸਵੇਰੇ ਲੋੜ ਚੱਕ ਕੇ ਪਹਿਲਾਂ ਨਹਾਵਾਂਗੇ ਹੀ ਅੱਗੇ ਲਾ ਉੱਥੇ ਜਾ ਕੇ ਇੱਥੋਂ 100 ਮੀਲਾਂ ਪਿੱਛੇ ਨੂੰ ਜਾ ਕੇ ਹੈਗਾ ਲਾ ਮੈਂ ਸਾਰਾ ਕੁਛ ਚੈੱਕ ਕਰ ਲਿਆ ਟ੍ਰੇਲਰ ਦੀ ਫਿਫਥ ਵੀਲ ਪਿੰਨ ਸਾਰਾ ਕੁਛ ਚੈੱਕ ਕਰਕੇ ਫਿਰ ਟਰੱਕ 'ਚ ਬੈਠਾ ਆ ਉਹ ਸੂਰਜ ਸੋਹਣਾ ਲੱਗਦਾ ਨਾ ਟਰੱਕ ਆਪਣਾ ਚੌਂਕਿਆ ਅੱਜ ਰੀਫਰ ਜਾ ਕੇ ਉੱਥੇ ਸਵੇਰੇ ਚਲਾਵਾਂਗੇ ਜਿੱਦਾਂ ਵੀ ਉਹ ਕਹੂਗੇ ਯਾਰ ਮੇਰੇ ਮੋਹਰੇ ਆ ਟੈਂਕਰ ਵਾਲਾ ਪੀਟਰਬਿਲਟ ਕਿੰਨਾ ਸੋਹਣਾ ਬਣਾਇਆ ਆ ਆਪਾਂ ਵੀ ਥੋੜੇ ਟਾਈਮ 'ਚ ਟਰੱਕ 'ਤੇ ਲਾਈਟਾਂ ਲਾ ਲੈਣੀਆਂ ਆ ਮੈਂ ਨਾ ਲਾਈਟਾਂ ਯਾਰ ਮਹਿੰਗੀਆਂ ਹੀ ਬੜੀਆਂ ਆ ਮੈਂ ਚੈੱਕ ਕਰਦਾ ਸੀਗਾ
ਲਾਈਟ ਇੱਕ ਇੱਕ ਲਾਈਟ ਇੱਥੇ ਰੇਡ ਕਰੋਮ ਸ਼ਾਪ ਸੀਗੀ ਕੱਢ ਲਾ ਯਾਰ ਤੇ ਕੱਢਣਾ ਤਾਂ ਕਰੋਮ ਸ਼ਾਪ ਚੈੱਕ ਕਰ ਰਹੇ ਇੰਨਾ ਮਹਿੰਗੀਆਂ ਲਾਈਟਾਂ ਨਾ ਮੈਂ ਅੱਧੀਆਂ ਕਿਤੇ ਈਬੇ ਤੇ ਦੇਖੀਆਂ ਅੱਧੀਆਂ ਐਮਾਜ਼ੋਨ ਤੇ ਦੇਖੀਆਂ ਬਹੁਤ ਫਰਕ ਆ ਸੋ ਉਸ ਹਿਸਾਬ ਨਾਲ ਆਪਾਂ ਚੈੱਕ ਕਰਾਂਗੇ ਜੋ ਵੀ ਆ ਬੰਦੇ ਨੇ ਇੱਦਾਂ ਹੀ ਬਾਹਰ ਆ ਜਾਣਾ ਇੱਥੇ ਬੈਠਾ ਆ ਉਹ ਚੈੱਕ ਕਰਦੇ ਆ ਸਾਰਾ ਕੁਛ ਉਹਦਾ ਟੈਂਕਰ ਕਰੋਮ ਦੇਖ ਕਿੰਨੀ ਸ਼ਾਈਨ ਮਾਰਦਾ ਆ ਕਰੋਮ ਉਹਦੀ So I have a this parking ticket and I got a truck wash. So and this one also what's work for this one? I paid for the shower. Thank you. Okay, so good to go. Thank you. Oye, parking ta free ho gayi koi paisa nahi liya ne. ਉੱਥੇ ਲਿਖਿਆ ਸੀ $25 ਪੇਡ ਆ ਪਾਰਕਿੰਗ ਨੇ ਵੀ ਸ਼ਾਵਰ ਕਰਕੇ ਫ੍ਰੀ ਹੋ ਗਈ ਸ਼ਾਵਰ ਕਹਿਤਾ ਸੋਰੀ ਟਰੱਕ ਵਾਸ਼ ਕਰਕੇ ਪਾਰਕਿੰਗ ਫ੍ਰੀ ਸੀਗੀ ਚਲੋ ਵਧੀਆ ਨਵੀਂ ਚੀਜ਼ ਪਤਾ ਲੱਗ ਗਈ ਉਹਨੂੰ ਮੈਂ ਦੱਸਿਆ ਮੈਂ ਸ਼ਾਵਰ ਵੀ ਲਿਆਈ ਉਹ ਕਹਿੰਦੀ ਥੈਂਕ ਯੂ ਜਾ ਤੂੰ ਹੁਣ ਕਹਿੰਦੀ ਮੇਰੇ ਨਾਲ ਇੰਨੀਆਂ ਗੱਲਾਂ ਨਾ ਮਾਰ ਲੋ ਵੀ ਫਿਰ ਤਾਂ ਨੋਟ ਬੈਡ ਸੀ ਯਾਰ ਆ ਪਾਰਕਿੰਗ ਚ ਆ ਕੇ ਸੋਣਾ ਫਿਰ ਤਾਂ ਸਹੀ ਆ ਸਾਹਮਣੇ ਗੱਡੀ ਦੇਖੋ ਮਜ਼ਰਾਟੀ ਖੜੀ ਮਤਲਬ ਰੈਂਪ ਦੇ ਉੱਤੇ ਚੜੀ ਹੋ ਆ ਮਜ਼ਰਾਟੀ ਸਾਈਡ ਤੋਂ ਪਛਾਣ ਲਈ ਆ ਗੱਡੀਆਂ ਦੀ ਆਪਾਂ ਨੂੰ ਪੂਰੀ ਪਛਾਣ ਆ ਸ਼ੀਸ਼ੇ ਸਾਫ਼ ਨਾ ਬੜਾ ਵਧੀਆ ਵਧੀਆ ਲੱਗ ਰਿਹਾ ਨਾ ਅੱਗੇ ਐਨ ਕਲੀਨ ਦੀਦਾ ਪਿਆ ਆ ਆਹ ਲਾਵ ਆ ਇੱਥੇ ਹੀ ਆਹ ਨਾਲ ਹੀ ਲਾਵ ਸੀਗਾ ਵੈਂਡੀ ਵੀ ਸੀਗਾ ਮੈਨੂੰ ਪਹਿਲੀ ਵਾਰੀ ਅਮਰੀਕਾ ਚ ਵੈਂਡੀ ਮਿਲਿਆ ਮੈਂ ਕਿਹਾ ਯਾਰ ਇੱਥੋਂ ਨਗਟਸ ਖਾਵਾਂਗੇ ਨਾ ਨਗਟਸ ਬੜੇ ਵਧੀਆ ਹੁੰਦੇ ਆ ਪਰ ਸਾਰਾ ਸਾਰਾ ਕੁਛ ਪੁੱਠਾ ਆ ਉਹ ਦੇਖੋ ਕਿੱਦਾਂ ਲੋਕੀ ਰੋਡ ਉੱਤੇ ਹੀ ਪਾਰਕਿੰਗ ਲਾ ਕੇ ਬੈਠੇ ਆ ਸਾਰੇ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਯਾਰ ਇੱਧਰ ਆ ਇੱਧਰ ਵੀ ਲਾ ਇੱਥੇ ਲਿਖਿਆ ਵੀ ਆ ਨੋ ਪਾਰਕਿੰਗ ਨੋ ਸਟਾਪਿੰਗ ਐਂਡ ਸਟੈਂਡਿੰਗ ਇੱਥੇ ਤਾਂ ਵੀ ਲੋਕੀ ਲਾ ਕੇ ਸੁੱਤੇ ਹੁਣ ਕੀ ਕਰਨ ਮੈਂ ਕਿੱਥੇ ਲਗਾਉਣ ਟਰੱਕ ਦੇ ਜੋ ਵੀ ਆ ਟਰੱਕ ਜਾਂ ਮਤਲਬ ਗੱਡੀ ਤਿੰਨੇ ਲੇਨਾਂ ਮੁੜਦੀਆਂ ਆ ਮੈਨੂੰ ਲੱਗਦਾ ਮੈਨੂੰ ਆਹ ਵਾਲੀ ਲੇਨ ਚ ਜਾਣਾ ਪੈਣਾ ਮੈਨੂੰ ਕੁਛ ਨੀ ਪਤਾ ਕੀ ਸੀਨ ਆ ਕੀ ਨਹੀਂ ਸੀਨ ਇੱਥੇ ਦੇਖਦੇ ਆ ਹੌਲੀ ਹੌਲੀ ਮੈਂ ਇੱਧਰੋਂ ਤਾਂ ਵਾਪਸ ਆਇਆ ਸੀ ਮੈਨੂੰ ਤਾਂ ਕਰਕੇ ਪਤਾ ਆ ਆਹ ਲਿਖਿਆ ਆ ਕੀ ਲਿਖਿਆ TNTPJ ਓਕੇ 206 ਆ ਪਤਾ ਨੀ ਹੁਣ ਕੀ ਆ ਨੋ ਰਾਈਟ ਟਰਨ ਮੈਂ ਟਰੱਕ ਨਿਸ਼ਕੋਰੇ ਮਾਰਦਾ ਮੈਨੂੰ ਬੜਾ ਵਧੀਆ ਲੱਗ ਰਿਹਾ ਬਸ ਚਲੋ ਦੋ ਚੀਜ਼ਾਂ ਮਿਸ ਸਾਈਡ ਸੁੱਕ ਕੇ ਉਹ ਆ ਜੂਗੀਆਂ ਵਾਪਸ ਮੈਂ ਜਾ ਕੇ ਉੱਥੇ ਜਿੱਥੇ ਐਕਸੀਡੈਂਟਲ ਟਰੱਕ ਹੁੰਦੇ ਆ ਉੱਥੇ ਜਾ ਕੇ ਆਊਂਗਾ ਉੱਥੇ ਪੁੱਛ ਕੇ ਆਊਂਗਾ ਓਕੇ ਆ ਰਿਹਾ ਆ ਗਿਆ 95 NTPJ ਜੋ ਵੀ ਆ ਟਰਨ ਪਾਈਕ ਲਿਖਿਆ ਆ ਮੈਨੂੰ ਪਤਾ ਨਹੀਂ ਇਹਦਾ ਮਤਲਬ ਕੀ ਆ ਯਾਰ ਵੈਲਕਮ ਟੂ ਨਿਊ ਜਰਸੀ ਇੱਥੇ ਪੰਗਾ ਨਹੀਂ ਲੈਣਾ ਕਿਸੇ ਨਾਲ ਵੀ ਭਰਾਵਾ ਇੱਥੇ ਨਾ ਕ੍ਰੈਕ ਹੈਡਸ ਬਹੁਤ ਜ਼ਿਆਦਾ ਆ ਰੋਡ ਦੇ ਉੱਤੇ ਜਦੋਂ ਤੁਸੀਂ ਮਿਡਲ ਟਾਊਨ 'ਚ ਜਾਂਦੇ ਆ ਤੁਹਾਨੂੰ ਬਹੁਤ ਕ੍ਰੈਕ ਹੈਡ ਮਿਲਦੇ ਆ ਕਿਉਂਕਿ ਜਦੋਂ ਮੈਂ ਪਿਛਲੀ ਵਾਰੀ ਆਇਆ ਜਿਹੜਾ ਮੈਂ ਮਿਡਲ ਟਾਊਨ ਦੇ ਗੱਬੇ 'ਚ ਆ ਕੇ ਲਾਇਆ ਸੀਗਾ ਉਹ ਪਤਾ ਨਹੀਂ ਡੇਂਜਰਸ ਆਪਣਾ ਇੱਥੇ ਦਾ ਨਿਊਯਾਰਕ ਦੀ ਡੇਂਜਰਸ ਮਤਲਬ ਜਗ੍ਹਾ 'ਚੋਂ ਜਗ੍ਹਾ ਆ ਇੱਕ ਜੋ ਮੈਂ ਪਹਿਲੀ ਵਾਰੀ ਲੋਡ ਲਾਇਆ ਸੀ ਕਹਿਣਾ ਉੱਥੇ ਮੈਂ ਲੋਡ ਲਾ ਕੇ ਵਾਪਸ ਆ ਗਈ ਜਦੋਂ ਮੈਂ ਬਾਅਦ 'ਚ ਦੇਖੀ ਮੈਂ ਕਿਹਾ ਓਹੋ ਬਾਬਾ ਜੀ ਨੇ ਬਚਾ ਲਿਆ ਵਧੀਆ ਯਾਰ ਉਹ ਬੈਠੇ ਬੈਠੇ ਡਈ ਜਾਂਦੇ ਹੋ ਬੈਂਕ ਪੂਰਾ ਹਾਲ ਆ ਉਹਨਾਂ ਦਾ ਵੀ ਉੱਥੇ ਓਕੇ ਆ ਗਿਆ ਆਪਣਾ ਟੋਲ ਪਲਾਜ਼ਾ ਉਹ ਕਿੰਨੀ ਸੋਹਣੀ ਓਟੀ ਸੀਗੀ ਈਜ਼ਟ ਪਾਸ ਓਨਲੀ 15 ਮਾਈਲ ਦੀ ਸਪੀਡ ਤੇ ਸਟੋਪ ਗੈਟ ਟਿਕਟ ਔਰ 5 ਮਾਈਲ ਪਿੱਛੇ ਲਿਖਿਆ 15 ਮਾਈਲ ਆਹ ਗੋਈ ਚੱਕ ਤਾਂ ਆ ਗਿਆ ਲਿਖ ਕੇ ਇੱਥੇ ਮੈਨੂੰ ਹੈ ਨਾ ਇੱਥੇ ਭੁਲੇਖਾ ਲੱਗ ਗਿਆ ਸੀਗਾ ਮੈਂ ਪਿਛਲੇ ਵਲੌਗ ਦੇ ਵਿੱਚ ਕਿਹਾ ਕਿ ਇੱਥੇ ਬੰਦੇ ਖੜੇ ਹੁੰਦੇ ਆ ਟਿਕਟ ਕੱਟਣ ਲਈ ਉਹ ਇੱਥੇ ਹੀ ਨਹੀਂ ਆ ਯਾਰ ਉਹ ਕਿਸੇ ਹੋਰ ਥਾਂ ਸੀਗਾ ਮੈਂ ਅਸਲ 'ਚ ਜਿਹੜਾ ਮੈਂ ਦੇਖਿਆ ਸੀਗਾ ਉਹ ਇੱਥੇ ਨਹੀਂ ਸੀਗਾ ਪਰਾਂ ਸਾਈਡ ਦੇ ਦੀ ਮੈਨੂੰ ਅਤੇ ਨਿਊਯਾਰਕ ਨੌਰਥ ਜਾਂ ਨੌਰਥ ਹੀ ਜਾਣਾ ਨਾ ਹਾਂ ਅਤੇ ਕਾਰਜ ਐਂਡ ਟਰੱਕ ਰੂਪ ਮੈਂ ਕਰੀ ਦੇ ਲਾਂ ਕਿਉਂਕਿ ਯਾਰ ਆਪਾਂ ਉਹੀ ਕੰਮ ਨਹੀਂ ਕਰਨਾ
ਜਾਣਾ ਕਾਰਾਂ 'ਚ ਆਉਣਾ ਅਖਬਾਰਾਂ 'ਚ ਬਾਈ ਹੁਣ ਜੱਗੇ ਬਾਈ ਵਾਂਗੂ ਨਹੀਂ ਅੱਜ ਤਾਂ ਅਸੀਂ ਟਰੱਕ 'ਚ ਆਉਂਦੇ ਕਿਉਂਕਿ ਰੈਂਪ ਡਿਵਾਈਡਡ 1000 feet ਇੱਥੇ ਆਉਣਾ ਰੈਂਪ ਡਿਵਾਈਡ ਦਾ ਜਿਹੜਾ ਆ ਸੋ ਆਪਾਂ ਟਰੱਕ ਵਾਲੀ ਸਾਈਡ ਜਾਣਾ ਟਰੱਕ ਬਸਿਸ ਕੀਪ ਰਾਈਟ ਆਹ ਦੇਖੋ ਅਲੱਗ ਤੋਂ ਆ ਗਿਆ ਜਿਹੜਾ ਟਰੱਕ ਦਾ ਰੂਟ ਆ ਬਾਈ ਇਹ ਜਿਨ੍ਹਾਂ ਨੂੰ ਪਤਾ ਆ ਪਤਾ ਆ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਲਈ ਦੱਸਦਾ ਪਿਆ ਆ ਸੋ ਵਿੱਚ ਆ ਕੇ ਕੋਈ ਪਲੀਜ਼ ਉਹ ਨਾ ਆਪਣਾ ਕਰੇ ਹੋਗੀ ਸਾਨੂੰ ਪਤਾ ਨਹੀਂ ਆ ਜਿਨ੍ਹਾਂ ਨੂੰ ਪਤਾ ਆ ਪਲੀਜ਼ ਯਾਰ ਸਾਨੂੰ ਪਤਾ ਆ ਸੋ ਆ ਕੇ ਵਿੱਚ ਐਵੇਂ ਆਪਣਾ ਨਾ ਕਰਿਓ ਇਧਰਲੀ ਸਾਈਡ ਦੇਖ ਲਓ ਕਿੰਨਾ ਧੱਕਾ ਆ ਟਰੱਕ ਤੋਂ ਬੱਸਿਸ ਕਾਰਸ ਵੀ ਅਲਾਊਡ ਆ ਦੂਜੀ ਸਾਈਡ ਇਕੱਲੀ ਕਾਰਾਂ ਹੀ ਅਲਾਊਡ ਆ ਲਓ ਜੀ ਆਪਾਂ ਹਾਈਵੇ ਤੇ ਚੜ ਗਏ ਆ ਮੈਂ ਸੱਚੀ ਦੱਸਾਂ ਇੱਥੇ 34 ਘੰਟੇ ਬਹਿ ਕੇ ਮੈਂ ਬੋਰ ਹੋ ਗਿਆ ਯਾਰ 34 ਘੰਟੇ 34 ਪਾਉਣੀ ਸੌਖੀ ਨਹੀਂ ਆ ਮੈਂ ਬੈਠਾ ਰਿਹਾ ਲੱਕ ਦੁਖਣ ਲੱਗ ਪਿਆ ਇੰਨਾ ਲੰਮਾ ਪੈ ਕੇ ਲਓ ਆਹ ਹੁਣ ਇੱਦਾਂ ਹਾਈਵੇ ਦੇਖੋ ਯਾਰ ਕਿੱਡਾ ਤਗੜਾ ਹਾਈਵੇ ਆ ਤਿੰਨ ਲੇਨਾਂ ਇੱਧਰ ਜਾ ਰਹੀਆਂ ਆ ਟਰੱਕ ਕਾਰ ਬੱਸਿਸ ਦੇ ਲਈ ਇੱਕ ਮਿੰਟ ਮਰਜ ਹੋ ਗਏ ਆਪਾਂ ਸੈਂਟਰ ਦੇ ਵਿੱਚ ਕਿੰਨੀਆਂ ਲੇਨਾਂ 3 ਲੇਨਾਂ ਸੈਂਟਰ ਦੇ ਵਿੱਚ ਆ 3 ਤੇ 6 6 6 12 ਲੇਨ ਰੋਡ ਆ ਇਹ 12 ਲੇਨ ਰੋਡ ਵਾਓ ਨਾਈਸ ਮਜ਼ਾ ਆ ਰਿਹਾ ਵਧੀਆ ਲੱਗ ਰਿਹਾ ਚਲੋ ਵੀ ਆਰ ਔਨ ਬੈਕ ਟੂ ਦੀ ਰੋਡ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਚਲੋ ਹੁਣ ਤੁਹਾਨੂੰ ਅੱਗੇ ਜਾ ਕੇ ਜਿੱਥੇ ਪਹੁੰਚ ਗਏ ਉਦੋਂ ਮਿਲਦੇ ਆ ਫਿਰ ਆ ਸਰਵਿਸ ਏਰੀਆ ਇੱਥੇ ਵੀ ਬੜੇ ਘੈਂਟ ਹੁੰਦੇ ਆ ਆ ਕੀ ਲਿਖਿਆ ਵੁਡਰੋ ਵਿਲਸਨ ਪਿੱਛੇ ਦੱਸਿਆ ਵੀ ਉੱਥੇ ਕੀ ਕੀ ਹੈਗਾ ਆ ਖਾਣ ਨੂੰ ਜਾਂ ਜਿੱਦਾਂ ਵੀ ਆ ਸਨਕੋ ਦਾ ਪੰਪ ਆ ਇੱਥੇ ਨਾ ਸਨਕੋ ਕਰਕੇ ਜਿਹੜੀ ਕੰਪਨੀ ਉਹਦੇ ਪੰਪ ਇੰਨੇ ਸਾਰੇ ਆ ਮਤਲਬ ਮੈਂ ਜੋ ਵਧਾ ਤੁਰਿਆ ਜਿੰਨੇ ਵੀ ਰੈਸਟ ਏਰੀਆ ਸਾਰਿਆਂ ਦੀ ਉਹ ਵਾਲਾ ਪਲਟਰਾ ਮਤਲਬ ਪੰਪ ਤੁਹਾਨੂੰ ਦਿਖਦਾ ਹੀ ਆ ਉਹ ਵਾਲੀ ਕੰਪਨੀ ਦਾ ਆ ਤੁਹਾਨੂੰ ਆ ਜਾਣਾ ਇੱਥੇ ਦਿਖਾਉਂਦਾ ਮੈਂ ਯਾਰ ਹਾਈਵੇ ਦੇਖੋ ਕਿੰਨੇ ਘੈਂਟ ਆ ਮਤਲਬ ਜੇ ਇੱਥੇ ਟ੍ਰੈਫਿਕ ਆ ਤਾਂ ਹਾਈਵੇ ਵੀ ਕਿੱਡਾ ਵੱਡਾ ਆ ਉਹ ਪਰੇ ਤੱਕ ਜਿੱਥੇ ਤੱਕ ਤਾਂ ਇੰਡੀਆ ਸਾਰੀ ਹਾਈਵੇ ਆ ਆਹ ਵਾਲਾ ਆ ਪੰਪ ਆ ਗਿਆ ਸਨ ਕੋਈ ਆ ਇੱਦੀ ਕਰਕੇ ਆ ਕੁਛ ਉਹ ਦੂਜੀ ਸਾਈਡ ਵੀ ਆ ਇੱਧਰਲੀ ਸਾਈਡ ਵੀ ਆ ਟਰੱਕ ਪਾਰਕਿੰਗ ਵੀ ਸਾਰਾ ਕੁਛ ਆ ਲਿਖਿਆ ਸਨੋਕੋ ਆ ਬੈਠੇ ਚਲੋ ਜੋ ਵੀ ਆ ਕਿੰਨਾ ਬਿਜ਼ੀ ਸੀਗਾ ਓਹੀ ਆਪਾਂ ਐਗਜ਼ਿਟ ਲਈ ਜਾਂਦੇ ਹਾਂ ਮੈਨੂੰ ਸਮਝ ਨਹੀਂ ਲੱਗਦਾ ਪਿਆ ਕੁਛ ਵੀ ਬਸ GPS ਫੋਲੋ ਕਰੀ ਜਾਂਦਾ ਜਿੱਥੋਂ ਨੂੰ ਮੁੜੀ ਜਾਂਦਾ ਤਾਂ 1% ਦਿਲ 'ਚ ਡਰ ਵੀ ਲੱਗਦਾ ਕਿ ਗਲਤ ਨਾ ਮੁੜ ਜਾਵਾਂ ਕਿਸੇ ਪਾਸੇ ਨੂੰ ਆਹ ਹੁਣ ਮੈਂ ਏਅਰਪੋਰਟ ਨੂੰ ਚੱਲ ਪਿਆ ਹਾਂ ਉਹ ਟ੍ਰੈਫਿਕ ਅੱਗੇ ਚੱਲ ਇੱਕ ਟਰੱਕ ਵੀ ਦੇਖ ਗਿਆ ਅੱਜ ਜਦੋਂ ਟਰੱਕ ਦੇਖ ਜਾਂਦਾ ਹੁੰਦਾ ਨਾ ਅੱਗੇ ਇੱਦਾਂ ਦੇ ਟ੍ਰੈਫਿਕ 'ਚ ਮਤਲਬ ਇੱਦਾਂ ਦੇ ਰੋਡ 'ਤੇ ਥੋੜ੍ਹਾ ਜਿਹਾ ਜਿਗਰਾ ਖੁੱਲ ਜਾਂਦਾ ਆ ਯਾਰ ਪਰ ਰੋਡ ਦੇਖੋ ਕਿੰਨੇ ਘੈਂਟ ਆ ਆਪਾਂ ਕਿਹਾ ਨਿਊ ਆਰਕ ਦੇ ਲਾਗੇ ਛਾਗੇ ਨਿਊ ਆਰਕ ਨਿਊ ਜਰਸੀ ਇੱਥੇ ਏਅਰਪੋਰਟ ਵੀ ਲੱਗ ਗਈ ਆ ਨਿਊ ਆਰਕ ਦਾ ਚਲੋ ਠੀਕ ਆ ਗਾਈਜ਼ ਆਪਾਂ ਨਹੀਂ ਉੱਦਾਂ ਕਰ ਹੀ ਸਕਦੇ ਹਾਂ ਗੱਲ ਇਹਦੇ ਬ੍ਰਿਜ ਟੱਪਣਾ ਆਪਾਂ ਅੱਗੇ ਬ੍ਰਿਜ ਪੈਣਾ ਆ ਕੋਈ ਭਲਾ ਏਸੀ ਹੌਲੀ ਕਰਾਂ ਮੈਂ ਐਂ ਠੰਡ ਕੀਤੀ ਪਈ ਆ ਅੰਦਰ ਬਾਈ ਸੱਚੀ ਦੱਸਾਂ ਇੱਥੇ ਕੋਈ ਸਾਈਡ ਦੇ ਕੇ ਤਾਂ ਖੁਸ਼ ਹੀ ਨਹੀਂ ਹੈ ਕਿ ਮੈਂ ਸਾਈਡ ਦੇ ਦੇਵਾਂ ਹਨਾ ਕਿਸੇ ਨੂੰ ਆਹ ਇੱਕ ਨੇ ਦੇ ਦਿੱਤੀ ਸ਼ੁਕਰ ਆ ਆ 5 ਗੱਡੀਆਂ ਮੇਰੇ ਮੋਹਰੇ ਇੱਦਾਂ ਹੀ ਲੰਘ ਗਈਆਂ ਕਿਸੇ ਨੇ ਸਾਈਡ ਨਹੀਂ ਦਿੱਤੀ ਆਪਾਂ ਨੂੰ 2 ਐਗਜ਼ਿਟ ਦਿਖਾਉਂਦਾ ਸੀ ਟਰੱਕਰ ਮਤਲਬ ਟਰੱਕਰ ਪਾਥ ਤੇ 14B ਦਿਖਾਉਂਦਾ ਸੀ ਜਿਹੜਾ ਗੂਗਲ ਮੈਪ ਤੇ 14A ਦਿਖਾਉਂਦਾ ਸੀ ਸੋ ਆਪਾਂ ਫੋਲੋ ਕੀਤਾ ਟਰੱਕਰ ਪਾਥ ਨੂੰ ਸੋ ਆਪਾਂ ਐਗਜ਼ਿਟ ਲਵਾਂਗੇ 14B ਉਹਦਾ ਐਗਜ਼ਿਟ ਲੈਣ ਦਾ ਰੀਜ਼ਨ ਇਹ ਆ ਕਿ ਉਹਨੇ ਟਰੱਕਰ ਰੂਟ ਹੀ ਸ਼ੋਅ ਕਰਨਾ ਹੈ ਨਾ ਗੂਗਲ ਮੈਪ ਨੇ ਤਾਂ ਕਿਤੋਂ ਵੀ ਮੋੜ ਦੇਣਾ ਇੱਥੋਂ ਰਸ਼ ਘੱਟ ਆ ਇੱਧਰ ਨੂੰ ਮੁੜ ਜਾਓ ਮੈਨੂੰ ਕਹਿੰਦਾ ਮੇਰੇ ਲੈਫਟ ਹੈਂਡ ਸਾਈਡ ਤੇ ਨਾ ਏਅਰਪੋਰਟ ਹੀ ਆ ਪਤਾ ਨਹੀਂ ਕਿਹੜੀ ਟਨਲ ਸੀਗੀ ਇੱਧਰ ਨੂੰ ਮੈਨੂੰ ਟਨਲ ਦਾ ਨਾਂ ਭੁੱਲ ਗਿਆ ਟਨਲ ਸੀਗੀ ਇੱਧਰ ਕੋਈ ਆ ਰਹੀ ਨਿਊ ਆਰਕ ਇੱਦਾਂ ਕਰਕੇ ਕੋਈ ਲਿਖਿਆ ਸੀਗਾ ਲੈਫਟ ਤੇ ਕਿਉਂਕਿ ਬਹੁਤ ਵੱਡੀ ਪਾਰਕਿੰਗ ਆ ਗੱਡੀਆਂ ਖੜੀਆਂ ਆ ਮੈਨੂੰ ਲੱਗਦਾ ਤਾਂ ਹੈ ਕਿ ਏਅਰਪੋਰਟ ਹੀ ਆ ਕੀ ਪ੍ਰਾਈਡ ਐਕਸਪੈਕਟ ਟੂ ਪਾਸ ਆਈ ਡੋਨਟ ਵਾਂਟ ਟੂ ਪਾਸ ਟੂ ਐਨੀਬਾਡੀ ਬਟ ਟ੍ਰੈਫਿਕ ਦੇਖੋ ਤੱਕ ਪਰ ਤੁਰਿਆ ਟ੍ਰੈਫਿਕ ਇਟਸ ਓਕੇ ਕਿਉਂਕਿ ਹੁਣ ਮੇਰੀ ਰਹਿ 6 ਮੀਲਾਂ ਗਈਆਂ ਨਾ ਜਿੱਥੇ ਜਾਣਾ ਹੈ ਜੇ ਮੈਂ ਉਰਿਓ ਜਾਂਦਾ ਸਿਰਫ 2 ਮਾਈਲ ਆ ਜੇ ਮੈਂ ਟਰੱਕ ਰੂਟ ਫੋਲੋ ਕਰਕੇ ਜਾਂਦਾ ਤਾਂ 6 ਮਾਈਲ ਆ ਸੋ ਆਪਾਂ ਫੋਲੋ ਕਰਾਂਗੇ ਟਰੱਕ ਰੂਟ ਕਿਉਂਕਿ ਨਿਊਯਾਰਕ 'ਚ ਨਿਊ ਜਰਸੀ 'ਚ ਪੰਗਾ ਲੈਣਾ
ਬਹੁਤ ਵੱਡੀ ਗਲਤੀ ਆ। ਜਦ ਆਪਣੇ ਕੋਲ ਆਪਸ਼ਨ ਹੈਗੀ ਆ ਟਰੈਕਟਰ ਪਾਰ ਦੀ, ਫਿਰ ਕਾਹਤੋਂ ਪੰਗਾ ਲੈਣਾ ਨਾ। ਜੇ ਨਹੀਂ ਹੁੰਦੀ ਫਿਰ ਤਾਂ ਮੈਂ ਕੱਢ ਦੇਣਾ ਸੀ ਇੱਧਰੋਂ ਹੀ। ਆ ਕੋਈ ਰੀਵਰ ਆ ਬਹੁਤ ਤਗੜੀ ਜੀ, ਆਪਾਂ ਐਨ ਸਮੁੰਦਰ ਦੇ ਲੱਗ ਗਈ ਆ ਮੈਂ। ਵਾਹ ਵੀ ਵਾਹ, ਇੱਕ ਸਮੁੰਦਰ ਤੋਂ ਦੂਜੇ ਸਮੁੰਦਰ ਦੇ ਕੰਢੇ ਪਹੁੰਚ ਚੁੱਕੇ ਆ। ਨਹੀਂ ਨਹੀਂ ਕੋਲ ਪਹਿਲੀ ਆ ਨੀ ਚੱਲਾ ਯਾਰ ਮੈਂ, ਗੱਡੀ ਖਰਾਬ ਹੋ ਗਈ। ਇੱਥੇ ਲਾਈਨਾਂ ਨੀ ਚੇਂਜ ਚੂੰਜ ਕਰਨ ਦਿੰਦੇ ਭਰਾ, ਸਾਈਡ ਓਦਾਂ ਨੀ ਦਿੰਦੇ ਆ, ਏਦਾਂ ਦੇ ਉਹਨੂੰ ਕਾਹਦੇ ਸਾਈਡ ਦੇਣੀ। ਬ੍ਰਿਜ ਯਾਰ ਇੰਨਾ, ਇੰਨੀ ਵੱਡੀ ਸਿਟੀ ਆ, ਬ੍ਰਿਜ ਤੇ ਕੋਈ ਲਾਈਟ ਹੀ ਨੀ ਲੱਗੀ। ਪਰ ਆਲੇ ਦੁਆਲੇ ਪਾਣੀ ਚੈੱਕ ਕਰੋ, ਮੁੱਚ ਪਾਣੀ। ਉਹ ਨਹੀਂ ਏਅਰਪੋਰਟ ਨੀ ਆ ਯਾਰ, ਲੈਫਟ ਹੈਂਡ ਸਾਈਡ ਜਿਹੜਾ ਪਾਣੀ ਤੋਂ ਰਹੇ ਸੀ, ਮੈਂ ਵੀ ਪਾਣੀ ਤੋਂ ਪਰਲੀ ਸਾਈਡ ਆ ਯਾਰ। ਮੈਨੂੰ ਉਹ ਟਾਵਰ ਜਿਹਾ ਦੀਦਾ ਪਿਆ ਆ, ਏਦਾਂ ਲੰਬਾ ਜਿਹਾ, ਪਤਾ ਨੀ ਕਾਹਦਾ ਆ, ਡਾਊਨ ਟਾਊਨ ਚ ਹੀ ਆ ਜਿੱਦਾਂ, ਮਤਲਬ ਕਿਹੜਾ ਟਾਵਰ ਇੱਥੇ ਯਾਰ, ਮੈਂ ਤਾਂ ਦੇਖਿਆ ਵੀ ਨਹੀਂ ਆ। ਚਲੋ ਦੇਖਦੇ ਹਾਂ ਗੂਗਲ 'ਤੇ ਸਰਚ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ। ਮੇ ਬੀ ਅੱਗੇ ਨਾ ਟਰੱਕ ਮੁੜਨਾ ਹੀ ਆ, ਤੁਹਾਨੂੰ ਸ਼ਾਇਦ ਵਿਊ ਆਵੇ ਅੱਗੇ ਦਾ, ਅਤੇ ਦੇਖਦੇ ਹਾਂ ਕੋਈ ਐਰੋ ਦੀਆਂ। ਸੋ ਇਟਸ ਜਸਟ ਮੀਨ ਕਿ ਤੁਰੇ ਰਹੋ ਯਾਰ। ਉਹ ਕੀ ਆ ਗਾਇਸ, ਪਤਾ ਨਹੀਂ ਫੋਨ ਦੇ ਵਿੱਚ ਦੇਖ ਰਿਹਾ ਨਜ਼ਾਰਾ ਕਿ ਨਹੀਂ, ਪਰ ਜੋ ਮੈਨੂੰ ਅੱਖੀ ਦੇਖ ਰਿਹਾ, ਹਾਂ ਉਹ ਬਹੁਤ ਆ, ਕੀ ਉਹਨੂੰ ਕਹਿੰਦੇ ਆ, ਧੂੰਆਂ ਬਹੁਤ ਆ, ਪਰ ਇਟਸ ਲੁਕਿੰਗ ਬਿਊਟੀਫੁਲ ਯਾਰ ਸੱਚੀ। ਮੈਂ ਫਸਟ ਟਾਈਮ ਦੇਖਿਆ, ਮੈਂ ਪਿਛਲੀ ਵਾਰੀ ਨਹੀਂ ਦੇਖਿਆ ਸੀਗਾ, ਮੈਂ ਤਾਂ ਹੀ ਮਤਲਬ ਘੈਂਟ ਆ ਯਾਰ, ਸਾ ਕੀ ਯਾਰ, ਘੁੰਮਣ ਵੀ ਨਹੀਂ ਜਾ ਸਕਦੇ। ਮੈਨੂੰ ਡਰ ਲੱਗਦਾ ਜੋ ਮੇਰੇ ਟਰੱਕ ਨਾਲ ਹੋਇਆ, ਮੈਨੂੰ ਉੱਦਾਂ ਹੀ ਡਰ ਲੱਗਦਾ ਟਰੱਕ ਛੱਡ ਕੇ ਜਾਣ ਨੂੰ ਯਾਰ, ਦਿਲ ਨਹੀਂ ਕਰਦਾ ਪਿਆ। ਇਟਸ ਓਕੇ ਕੋਈ ਨਹੀਂ, ਆ ਤਾਂ ਚਲੋ ਛੋਟੀ ਜਿਹੀ ਚੀਜ਼ ਆ ਨਾ, $100-$200 ਲੱਗੂਗਾ, ਇਟਸ ਓਕੇ। ਅਤੇ ਸਾਡੇ ਇੱਥੇ ਤਾਂ ਉਹ ਹਾਲ ਆ, ਮਤਲਬ ਮੈਨੂੰ ਮੈਂ ਟਿਕਟੋਕ 'ਤੇ ਦੇਖੀ ਆ ਜੋ ਵੀਡੀਓ, ਸਾਰੇ ਟਾਇਰ ਖੋਲ੍ਹ ਕੇ ਲੈ ਜਾਂਦੇ ਆ ਯਾਰ, ਤਾਂ ਕਰਕੇ ਐਡਾ ਆਪਾਂ ਪੰਗਾ ਲੈਣਾ ਹੀ ਕਾਹਦਾ ਆ। ਪਰ ਜਿੱਥੇ ਤੱਕ ਮੈਨੂੰ ਲੱਗਦਾ ਮੈਂ ਡਾਊਨ ਟਾਊਨ ਦੇ ਬਹੁਤ ਲਾਗੇ ਹਾਂ। 40B ਆਪਾਂ ਐਗਜ਼ਿਟ ਲੈਣਾ, ਤੂੰ ਐਗਜ਼ਿਟ ਨਾ ਮਿਸ ਕਰ ਲਈ ਭਰਾਵਾ, ਉਹਦੇ 'ਤੇ ਨਵੀਂ ਚਿੰਜੜੀ ਛੇੜ ਕੇ ਪੈ ਜੀ। ਪਰ ਸੱਚੀ ਮਜ਼ਾ ਆ ਗਿਆ ਯਾਰ, ਬਹੁਤ ਇਸ਼ਕ ਆ, ਇਸ਼ਕ ਆ ਯਾਰ। ਟਾਵਰ ਜਿਹੜੀ ਗੱਲ ਕਰਦਾ ਯਾਰ, ਇਹਨੂੰ ਕੀ ਕਹਿੰਦੇ ਆ ਮੈਨੂੰ ਪਤਾ ਨਹੀਂ ਆ, ਮੈਂ ਇਹਨੂੰ ਗੂਗਲ 'ਤੇ ਸਰਚ ਕਰਨਾ ਯਾਰ। ਓਕੇ, ਉਹ ਜਿਹਦੇ ਲਾਲ ਲਾਲ ਲਾਈਟਾਂ ਜਾਂਦੀਆਂ, ਮੇਰੇ ਖਿਆਲ ਸਭ ਤੋਂ ਉੱਚਾ ਆ ਇੱਥੇ ਦਾ ਨਿਊਯਾਰਕ ਦਾ। ਇੱਥੇ ਕਰਿਓ ਇੱਕ ਭਾਜੀ ਆਪਣਾ ਘੁੰਮਦਾ ਫਿਰਦਾ ਆ, ਉਹਨੇ ਵੀ ਦੱਸਿਆ ਸੀਗਾ ਮੈਨੂੰ ਯਾਰ, ਭੁੱਲ ਗਿਆ ਕੀ ਕਹਿੰਦੇ ਆ, ਪਾਵਰ ਐਗਜ਼ਿਟ ਲੈ ਲੈਣਾ ਆ। ਚਲੋ ਆ ਵੀ ਆਪਣੀ ਲਿਸਟ 'ਚ ਆ ਗਈ, ਮਤਲਬ ਸਿਟੀ ਘੁੰਮਣ ਆਉਣਾ ਯਾਰ ਇੱਥੇ। ਆ ਜੇ ਹੁਣ ਸਾਹਮਣੇ ਦੇਖ ਲਿਆ, ਓਏ ਹੋਏ ਹੋਏ ਹੋਏ, ਕੀ ਦੇਖ ਗਈ ਓਏ, ਵਾਓ। ਚਲੋ ਵੀ ਵਿਊ ਖਤਮ ਹੋਣਾ, ਆਪਾਂ ਪਹੁੰਚ ਜਾਈਏ ਦੇਖ ਲਓ। ਇੱਥੇ ਹਰੇਕ ਐਗਜ਼ਿਟ 'ਤੇ ਕੀ ਕਹੇ, ਮਤਲਬ ਮੈਂ ਕੱਢ ਲਾ, ਓਕੇ, ਹਰੇਕ ਐਗਜ਼ਿਟ 'ਤੇ ਉਹ ਆ ਕੀ ਉਹਨੂੰ ਕਹਿੰਦੇ, ਫੁੱਲ ਸਰਵਿਸ ਮੀਨ ਈਜ਼ਟ ਪਾਸ ਲੱਗਾ ਆ ਹਰੇਕ ਸਰਵਿਸ 'ਤੇ, ਹੈ ਨਾ। ਚੱਕ ਉਹਦਾ ਈਜ਼ਟ ਪਾਸ ਪੇਡ, ਆਪਾਂ ਇੱਥੋਂ ਲੈਣਾ ਲੈਫਟ, ਹੋਈ ਰੋਡ ਤਾਂ ਬੜਾ ਵਧੀਆ, ਪਤਾ ਨਹੀਂ ਹੁਣ ਮੈਂ ਸਹੀ ਜਾ ਰਿਹਾ ਕਿ ਨਹੀਂ। ਟਰੈਕਟਰ ਪਾ ਕੇ ਇੱਧਰੋਂ ਲੈ ਕੇ ਜਾ ਰਿਹਾ, ਸੋ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਇੰਨਾ ਔਖਾ ਟਰੱਕ ਮੁੜਿਆ ਨਾ, ਪੂਰਾ ਪੂਰਾ ਸੀਗਾ ਜਿਹੜਾ ਟਰਨ ਸੀਗਾ, ਇੱਧਰ ਟਰਨ ਬਹੁਤ ਛੋਟੇ ਆ, ਇੱਥੇ 25 ਦੀ ਸਪੀਡ ਲਿਮਿਟ ਆ, ਸੋ ਨਜ਼ਾਰੇ ਨਾਲ ਤੁਰਿਆ। ਪਤਾ ਨਹੀਂ ਇੱਧਰ ਕੋਈ ਪੋਰਟ ਫੇਰੀ ਕਰਕੇ ਲਿਖਿਆ, ਉੱਥੇ ਨੂੰ ਜਾਂਦਾ ਇਹ ਰੋਡ, ਪਰ ਰੋਡ ਘੈਂਟ ਆ ਯਾਰ। ਆਹ ਬਲੌਗ ਮੇਰੇ ਖਿਆਲ ਸੱਚੀ ਲੰਬਾ ਜਾਣਾ, ਪਰ ਸੱਚੀ ਸਵਾਦ ਆ ਗਿਆ ਯਾਰ ਅੱਜ। ਅੱਜ ਮੈਨੂੰ ਨਾ ਵੀਡੀਓ ਬਣਾਉਣ ਦਾ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਸੱਚੀ। ਕਿਆ ਕਿਆ ਫੀਲਿੰਗ ਆ ਰਹੀ ਆ, ਮੈਨੂੰ ਏਦਾਂ ਲੱਗਦਾ ਤਾਂ ਮੈਂ ਬਾਹਰ ਆਇਆ ਹੁੰਦਾ। ਓਏ ਓਏ, ਦਰਖਤ ਲੱਗਦੇ ਆ ਉੱਤੇ। ਚਲੋ ਮੈਂ ਆਪਾਂ ਟਰੱਕ ਛੱਡਤਾ ਉੱਥੇ, ਅਤੇ ਉੱਥੇ ਲਾਲ ਜੀਆਂ ਲਾਈਟਾਂ ਜਾ ਕੇ ਉੱਥੇ ਜਾਣਾ ਆਪਾਂ। ਮੈਂ ਟਰੱਕ ਉਹ ਪਿੱਛੇ ਛੱਡਿਆ, ਇੱਥੇ ਟਾਕੋ ਟੁੱਕਸ ਵੀ ਮਿਲਦੇ ਸਵੇਰੇ ਦੇਖਾਂਗੇ। ਅਤੇ ਹੁਣ ਆਪਾਂ ਉੱਥੇ ਜਾਣਾ, ਹੁਣ ਉਹ ਕਹਿੰਦੇ ਖੁੱਲ੍ਹੇ ਆ। ਇੱਕ ਵਾਰੀ ਪੁੱਛਿਆ ਉਹਨੇ, ਚੈੱਕ ਇਨ ਕਰਿਆ ਉਹਨੇ, ਮੈਂ ਕੁਛ ਪਾਇਆ ਨਹੀਂ ਹੈ ਯਾਰ, ਨਾ ਸ਼ੂਜ਼ ਆਇਆ, ਮੈਂ ਤਾਂ ਉੱਤੇ ਉੱਤਰਿਆ ਹੀ ਪੁੱਛਣ ਲੱਗਾ ਸੀਗਾ। ਇੱਕ ਵਾਰੀ ਉੱਥੇ ਦੌੜ ਕੇ ਜਾਂਦੇ ਹਾਂ, ਦੇਖਦੇ ਹਾਂ ਕੀ ਕਹਿੰਦੇ, ਨਹੀਂ ਤਾਂ ਉਹਨਾਂ ਪੁੱਛਾਂਗੇ ਕਿ ਪਾਰਕਿੰਗ ਪੂਰਕਿੰਗ ਹੈਗੀ ਆ, ਜੇ ਦੇ ਦੂਗੇ ਤਾਂ ਵਧੀਆ, ਨਹੀਂ ਤਾਂ ਨਾ ਸੇ।
ट्रक तो अपना लग ही गया साइड पर बंद आ उधर बैठी आ सिक्योरिटी बैठी सी कुड़ी कहती सवेरे 5:30 आई मैं ठीक है जी अब जाने आराम ना ट्रक तो अपना उतो ही लगा रहना हूँ देखी जाऊगा जिस कोई आके कहूगा कुछ फिर सभी उदो देखा उस पार्किंग उधर सही नहीं है जितने मैं लाया ट्रक तो दस दू कोई आके चमकदा ना अच बढ़िया बढ़िया चलो रोटी खाइए तो सोइए। हाँ जी मित्रों आप आ गए वापस ट्रक के करना ही होना पहने आराम ने हाथ धोले आ इधर सब्जी रखती गर्म होनी बिच पाया देसी घे ठोकमा जहा रोटी अज की कल की रह गई अपने को क्योंकि मैं 5 दिन की रोटी लैके आया ही है ना 5 to 6 दिन की तो एक दिन पिछों खाधी नहीं उस हिसाब न सो रोटी यार ज्यादा दिन की रोटी है ना पुरानी पही हो जाए खराब हो जाती हूँ आप करना हूँ बहरला खावे खाना पैना साबे वगैरह यही चीज़ा खावे होर तो कुछ नहीं साबे या बर्गर बर्गर जिदा भी होगी तो देखते हैं चलो फिर आप लगे रोटी खाने सब्जी गर्म हो जाए दही दुई पिया सा इधर साड़ी वैब सीरीज चल रही पी 100 देखी आ तो तीजी बारी देख रहा मैं वधिया बहुत लगती है तो उस तो बाद आप मेरा लगता घे बहर आ गया ओ माई गॉड नहीं नहीं बेची है तो उस तो बाद आप सो जाना सवेरे 5:30 उठ के चैकिन कर देंगे फिर आगे सो जाएंगे जिन्हें बजे बुलाऊंगे उन्न बजे फिर चल जाएंगे ठीक है बाय बाय सी आ।